ਸਤਨਾਮ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਡੰਡੋਤ ਬੰਦਨ ਕਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭ, ਨਾਨਕ ਦੇ ਕਰ ਹੱਥ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੂੰ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਹੋ ਆਇਆ ਦੂਰੋਂ ਚੱਲ ਕੈ, ਮੈਂ ਤੱਕੀ ਤੋ ਸ਼ਰਨਾਈ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭ ਦੁੱਖ ਗਵਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭ ਦੁੱਖ ਗਵਾਏ ਜੀਓ। ਸੋ ਕੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਢੋਡੀ ਮਹੱਲਾ ਪੰਜਵਾਂ, ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਬਿਆਪੈ, ਜਾ ਕੋ ਓਟ ਤੁਹਾਰੀ। ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਬਿਆਪੈ, ਜਾ ਕੋ ਓਟ ਤੁਹਾਰੀ। ਰਹਾਉ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲ ਗੁਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਮਹਾਰਾਜ ਜੀ, ਜਾਗਦੀ ਜੋਤ ਹਾਜ਼ਰ ਹਜ਼ੂਰ, ਸਰਬ ਕਲਾ ਭਰਪੂਰ, ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਮਹਾਰਾਜ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ। ਮਹਾਰਾਜੀਆਂ ਨੇ
ਮੁੱਖ ਵਾਕ ਬਖਸ਼ਿਸ਼ ਕੀਤੇ ਹਨ। ਮਾਓ ਸਤਿਗੁਰਾਂ ਦਾ ਪਵਿੱਤਰ ਪਾਵਨ ਸ਼ਬਦ ਮਹਾਰਾਜਿਆਂ ਜੋ ਆਪਾਂ ਸਰਵਣ ਕੀਤਾ ਹੈ, ਢੋਡੀ ਰਾਗ ਹੈ, ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਦੇ ਰਚਨਹਾਰ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜਿਆਂ ਦਾ ਇਹ ਪਵਿੱਤਰ ਪਾਵਨ ਸ਼ਬਦ ਸਤਿਗੁਰਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ, ਜੋ ਆਪਾਂ ਹੁਣੇ ਹੀ ਮਹਾਰਾਜਿਆਂ ਦੇ ਸ਼ਬਦ ਸਰਵਣ ਕੀਤੇ ਹਨ। ਸੋ ਮਹਾਰਾਜ ਜੀ ਇਹ ਸ਼ਬਦ ਵਾਰਾ ਜੋ ਸਾਨੂੰ ਸਾਰੇ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਾ ਰਹੇ ਹਨ, ਆਓ ਸਤਿਗੁਰਾਂ ਦਾ ਹੁਕਮਨਾਮਾ ਸਰਵਣ ਕਰਨ ਤੋਂ ਪਹਿਲਾਂ ਮਨ ਦੀ ਇਕਾਗਰਤਾ ਬਣਾਉਣ ਵਾਸਤੇ ਰਸਨਾ ਨੂੰ ਕਰੀਏ ਪਵਿੱਤਰ ਜੀ, ਜਪਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਢੋਡੀ ਮਹੱਲਾ ਪੰਜਵਾਂ, ਢੋਡੀ ਰਾਗ ਹੈ, ਮਹੱਲੇ ਦਾ ਅਰਥ ਹੁੰਦਾ ਘਰ, ਸਰੀਰ, ਪੰਜਵੇਂ ਸਰੀਰ, ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਇਹ ਸ਼ਬਦ ਵਾਰਾ ਉਪਦੇਸ਼ ਬਖਸ਼ਿਸ਼ ਕਰਾ ਰਹੇ ਹਨ। ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਆਪਣੀ ਅੰਮ੍ਰਿਤ ਬਾਣੀ ਵਿੱਚ ਉਪਦੇਸ਼ ਦਿੰਦੇ ਆਖਦੇ ਹਨ, ਹੇ ਮਨੁੱਖ, ਜਿਹੜਾ ਮਨੁੱਖ ਪਰਮਾਤਮਾ ਨੂੰ ਭੁੱਲ ਜਾਏ, ਪਰਮਾਤਮਾ ਦਾ ਨਾਂ ਵਿਸਾਰ ਕੇ, ਉਹ ਸਦਾ ਹੀ ਨੂੰ ਖੁਆਰੀ ਖੁਆਰ ਹੁੰਦਾ ਹੈ, ਉਹ ਸਦਾ ਹੀ ਖੁਆਰ ਹੁੰਦਾ ਹੈ, ਮਾਇਆ ਦੇ ਹੱਥੋਂ ਬੇਪਤੀ ਹੁੰਦੀ ਹੈ ਉਸਦੀ। ਇਸ ਕਰਕੇ ਉਹ ਮਨੁੱਖ ਹਰੀ ਨੂੰ ਵਿਸਾਰ ਕੇ, ਪਰਮਾਤਮਾ ਨੂੰ ਵਿਸਾਰ ਕੇ, ਉਹ ਸਦਾ ਹੀ ਖੁਆਰ ਹੁੰਦਾ ਹੈ। ਅਸੀਂ ਸੰਸਾਰ ਵਿੱਚ ਕਿਸ ਲਈ ਆਏ ਹਾਂ, ਕੀ ਮਕਸਦ ਹੈ ਸਾਡਾ, ਕੀ ਕਰਨਾ ਹੈ, ਕੀ ਨਹੀਂ ਕਰਨਾ, ਕਿਸ ਤਰ੍ਹਾਂ ਸਾਡਾ ਜਨਮ ਸਫਲਾ ਹੋਣਾ ਹੈ, ਨਾਮ ਤੋਂ ਬਿਨਾਂ ਇਹ ਜਨਮ ਵਿਅਰਥ ਚਲਾ ਜਾਂਦਾ ਹੈ, ਨਾਮ ਤੋਂ ਬਿਨਾਂ ਇਹ ਜਨਮ ਜਿਹੜਾ ਹੈ ਮਨੁੱਖਾ ਬਾਜੀ, ਇਹ ਮਨੁੱਖ ਹਾਰ ਕੇ ਚਲਾ ਜਾਂਦਾ ਹੈ। ਪਰਮਾਤਮਾ ਦੇ ਨਾਮ ਨੂੰ ਭੁਲਾ ਕਰਕੇ ਸਦਾ ਮਾਇਆ ਦੇ ਹੱਥੋਂ ਮਨੁੱਖ ਦੀ ਬੇਪਤੀ ਹੁੰਦੀ ਹੈ। ਤਾਕੋ ਧੋਖਾ ਕਾਂ ਬਿਆਪੈ, ਜਾਕੋ ਓਟ ਤੁਹਾਰੀ। ਹੇ ਪ੍ਰਭੂ, ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ, ਉਸਨੂੰ ਮਾਇਆ ਨੇ ਕਿਸੇ ਵੀ ਵਿਕਾਰ ਵੱਲੋਂ ਕੋਈ ਧੋਖਾ ਨਹੀਂ ਲੱਗ ਸਕਦਾ, ਕਿਉਂਕਿ ਜਿਸ ਮਨੁੱਖ ਨੇ ਪਰਮਾਤਮਾ ਦੀ ਓਟ ਆਸਰਾ ਲੈ ਲਿਆ,
ਉਸ ਨੂੰ ਕੋਈ ਧੋਖਾ ਨਹੀਂ ਵਿਆਪਿਆ। ਤਾਕੋ ਧੋਖਾ ਕਹਾਂ ਵਿਆਪਿਆ, ਜਾਕੋ ਓਟ ਤੁਹਾਰੀ। ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਦੀ ਓਟ ਆਸਰਾ ਲੈ ਲਿਆ, ਭਾਵ ਪਰਮਾਤਮਾ ਦੇ ਨਾਮ ਨੂੰ ਜਪਦੇ ਹਨ, ਗੁਰਬਾਣੀ ਪੜ੍ਹਦੇ ਹਨ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਧੋਖਾ ਨਹੀਂ ਵਿਆ, ਕੋਈ ਵਿਕਾਰ ਕਿਸੇ ਤਰ੍ਹਾਂ ਦਾ ਉਸਦੇ ਭਾਵ ਨਹੀਂ ਹੁੰਦਾ। ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜਿਆਂ ਨੇ, ਧੰਨ ਸ੍ਰੀ ਗੁਰੂ ਗ੍ਰੰਥ ਮਹਾਰਾਜਿਆਂ ਦੀ ਬਾਣੀ, ਵੇਖੋ ਇੱਕ ਥਾਂ 'ਤੇ ਇਕੱਤਰ ਕਰਾਈ। ਇਹ ਮਹਾਰਾਜਿਆਂ ਦੇ ਨਾਮ ਨਾਲ ਖਜ਼ਾਨਾ ਸਾਨੂੰ ਦੇ ਗਏ ਹਨ ਜੀਵਾਂ ਦੇ ਸੰਸਾਰ ਨੂੰ ਤਾਰਨ ਵਾਸਤੇ। ਇਹ ਗੁਰਬਾਣੀ ਪੜ੍ਹ ਕੇ ਇਸ ਦੀ ਵਿਚਾਰਧਾਰਾ ਵੀ ਬਾਣੀ ਕੀ ਕਹਿ ਰਹੀ ਹੈ, ਸਤਿਗੁਰਾਂ ਦੇ ਸ਼ਬਦ ਸਾਨੂੰ ਕੀ ਉਪਦੇਸ਼ ਦੇ ਰਹੇ ਹਨ, ਉਸ ਨੂੰ ਸਮਝ ਕਰਕੇ, ਗੁਰਬਾਣੀ ਪੜ੍ਹ ਕੇ ਸਮਝ ਕਰਕੇ, ਜਿੱਥੇ ਅਸੀਂ ਸੰਸਾਰ ਵਿੱਚ ਆ ਕੇ ਜੀਵਾਂ ਦੀ ਪਰਿਵਾਰ ਦੀ ਪਰਵਰਿਸ਼ ਕਰਦੇ ਹਾਂ, ਉੱਥੇ ਨਾਲ ਅਸੀਂ ਆਪਣਾ ਜਨਮ ਵੀ ਸਫਲਾ ਕਰਨਾ ਹੈ। ਕੇਵਲ ਇਹ ਨਹੀਂ ਵੀ ਸੰਸਾਰ ਵਿੱਚ ਆਏ, ਮਾਤਾ ਪਿਤਾ ਨੇ ਜਨਮ ਦਿੱਤਾ, ਵੱਡੇ ਹੋਏ, ਪੜ੍ਹ ਲਿਖ ਕੇ ਮੋਹ ਮਾਇਆ ਵਿੱਚ ਪੈ ਗਏ, ਵੱਡੀਆਂ ਵੱਡੀਆਂ ਕੋਠੀਆਂ ਕਾਰਾਂ ਗੱਡੀਆਂ ਬਣਾ ਲਈਆਂ, ਸਾਰਾ ਕੁਝ ਬਣਾ ਲਿਆ ਅਤੇ ਅੰਤ ਵੇਲੇ ਖਾਲੀ ਹੋ ਕੇ ਫਿਰ ਚਲਾ ਗਿਆ ਮਨੁੱਖ। ਸੋ ਇਸ ਕਰਕੇ ਮਹਾਰਾਜ ਜੀ ਆਖਦੇ ਹਨ ਵੀ ਭਾਈ, ਉਸ ਨੂੰ ਕੋਈ ਧੋਖਾ ਨਹੀਂ ਵਿਆਪਦਾ, ਉਸ ਨੂੰ ਕੋਈ ਧੋਖਾ ਨਹੀਂ ਵਿਆਪਦਾ ਜਿਸ ਮਨੁੱਖ ਨੇ ਪ੍ਰਭੂ ਦੀ ਓਟ ਆਸਰਾ ਲੈ ਕਰਕੇ, ਨਾਮ ਦਾ ਆਸਰਾ ਲੈ ਕੇ ਆਪਣੇ ਜੀਵਨ ਨੂੰ ਸਫਲਾ ਬਣਾਉਣਾ ਕੀਤਾ, ਉਸ ਨੂੰ ਕਿਸੇ ਪ੍ਰਕਾਰ ਦਾ ਕੋਈ ਧੋਖਾ ਵਿਆਪਦਾ। ਰਹਾਉ ਵਿਸਰਾਮ ਦੇ ਕੇ ਮਹਾਰਾਜ, ਵਿਸਰਾਮ ਦੇ ਕੇ, ਰਹਾਉ ਦਾ ਅਰਥ ਵੀ ਰੁਕ ਜਾਣਾ। ਜੋ ਪਿਛਲੀਆਂ ਪੰਕਤੀਆਂ ਆਪਾਂ ਨੇ ਸਰਵਣ ਕੀਤੀਆਂ ਹਨ, ਉਸ ਨੂੰ ਸਮਝ ਕਰਕੇ, ਪੜ੍ਹ ਕੇ, ਮਹਾਰਾਜ ਦੀ ਕਿਰਪਾ ਦੁਆਰਾ ਸਮਝ ਕੇ ਵਿਆਖਿਆ ਨੂੰ ਫਿਰ ਅੱਗੇ ਚੱਲਣਾ ਹੈ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਰੀ। ਪਾਤਸ਼ਾਹ ਜੀ ਕਹਿੰਦੇ ਨੇ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ, ਬਿਨ ਸਿਮਰਨ ਜੋ ਜੀਵਨ ਬਲਣਾ, ਬਲਣਾ ਦਾ ਅਰਥ ਬਤੀਤ ਹੋਣਾ, ਗੁਜ਼ਾਰਨਾ। ਸਰਪ ਜੈਸੇ ਅਰਜਾਰੀ, ਸਰਪ ਕਹਿੰਦੇ ਨੇ ਸੱਪ। ਹੁਣ ਸੱਪ ਦੀ ਉਮਰਾਂ ਬੜੀਆਂ ਲੰਬੀਆਂ ਹਨ, ਬੜੇ ਕਿਸਮਾਂ ਦੇ ਸੱਪ ਹਨ, ਭਾਵੇਂ ਉਹ ਸੱਪ ਬੜੀ ਉਮਰ ਆਪਣੀ ਲੰਬੀ ਰੱਖਦਾ ਹੈ, ਪਰ ਸਾਰੀ ਉਮਰ ਉਹਦੇ ਅੰਦਰ ਜ਼ਹਿਰ ਹੀ ਇਕੱਠਾ ਹੁੰਦਾ ਹੈ, ਉਹ ਜ਼ਹਿਰ ਹੀ ਇਕੱਠਾ ਕਰਦਾ ਹੈ ਨਾ। ਵੀ ਜਾਂ ਪਾਤਸ਼ਾਹ ਦੇ ਬਚਨ ਵੀ ਹਨ, ਸੱਪੇ ਦੁੱਧ ਪਿਆਈ ਅੰਦਰ ਵਿਸਨ ਕੋ, ਵੀ ਸੱਪ ਨੂੰ ਭਾਵੇਂ ਦੁੱਧ ਪਿਆ ਲਓ, ਉਹਨੇ ਡੰਗ ਮਾਰ ਤੋਂ ਨਹੀਂ ਹਟਣਾ। ਸੱਪ ਪਤਾ ਨਹੀਂ ਪੀਂਦੇ ਨੇ ਦੁੱਧ ਜਾਂ ਨਹੀਂ ਪੀਂਦੇ ਨੇ, ਪਰ ਜੇ ਕੋਈ ਦੁੱਧ ਵੀ ਪਿਆਵੇ ਨਾ ਉਸਨੂੰ, ਅਤੇ ਉਹਨੇ ਆਪਣੀ ਜ਼ਹਿਰ ਕੱਢਣੀ ਕੱਢਣੀ ਹੈ। ਇਸੇ ਤਰ੍ਹਾਂ ਹੀ ਮਨੁੱਖ ਜਿਹੜਾ ਹੈ, ਸਿਮਰਨ ਤੋਂ ਬਿਨਾਂ, ਪ੍ਰਭੂ ਦੀ ਬੰਦਗੀ ਤੋਂ ਬਿਨਾਂ, ਬਿਨ ਸਿਮਰਨ ਜੋ ਜੀਵਨ ਬਲਣਾ, ਪਰਮਾਤਮਾ ਦੇ ਸਿਮਰਨ ਭਗਤੀ ਤੋਂ ਬਿਨਾਂ
ਜਿਨ੍ਹਾਂ ਵੀ ਜੀਵਨ ਆਪਣਾ ਜ਼ਿੰਦਗੀ ਦਾ ਬਤੀਤ ਕਰਦਾ ਹੈ, ਗੁਜ਼ਾਰਦਾ ਹੈ, ਸਰਪ ਜੈਸੇ ਅਰਜਾਰੀ, ਉਹ ਸੱਪ ਦੀ ਨਿਆਈ ਹੈ। ਭਾਵ ਈਰਖਾ, ਦਵੈਸ਼, ਵਖੀਲੀ ਕਈ ਤਰ੍ਹਾਂ ਦੀ ਆਪਣੇ ਅੰਦਰੋਂ ਜ਼ਹਿਰ ਪਾਲਦਾ ਹੈ। ਪਾਤਸ਼ਾਹ ਜੀ ਕਹਿਣ ਲੱਗੇ, ਭਾਈ, ਇੱਕ ਪਰਮਾਤਮਾ ਦੀ ਸਿਮਰਤ ਤੋਂ ਬਿਨਾਂ ਇਹ ਸੱਪ ਵਰਗੀ ਉਸਦੀ ਮਨੁੱਖ ਦੀ ਹਾਲਤ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚਲੇ ਗੋਹਾਰੀ। ਭਾਵੇਂ ਨੌ ਖੰਡਾਂ ਦਾ ਰਾਜ ਕਮਾਉਂਦਾ ਰਹੇ ਇਸ ਸੰਸਾਰ ਨੌ ਖੰਡ। ਪਾਤਸ਼ਾਹ ਜੀ ਕਹਿਣ ਲੱਗੇ, ਨਾਮ ਤੋਂ ਬਿਨਾਂ, ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਇਹਦਾ ਮਤਲਬ ਵੀ ਨਾਮ ਤੋਂ ਬਿਨਾਂ ਸਾਡੇ ਹੋਰ ਕੁਝ ਕੰਮ ਆਉਣ ਵਾਲਾ ਨਹੀਂ। ਜਿੰਨੇ ਪਦਾਰਥ ਹਨ, ਮਾਇਆ ਹੈ, ਭੂਤੀ ਸੰਪਤਾ, ਇਹ ਜਿਉਂਦਿਆਂ ਜੀ ਸਰੀਰ ਦੇ ਕੰਮ ਹਨ, ਆਤਮਾ ਦੇ ਕੋਈ ਕੰਮ ਨਹੀਂ। ਕਿਉਂਕਿ ਆਤਮਾ ਦੀ ਜਿਹੜੀ ਖੁਰਾਕ ਹੈ, ਜੋ ਆਤਮਾ ਨੇ ਜਿਸ ਘਰ ਅੱਗੇ ਜਾਣਾ ਹੈ, ਉਸ ਲਈ ਨਾਮ ਜਿਹੜਾ ਹੈ ਨਾ, ਨਾਮ ਸਹਾਇਤਾ ਕਰਦਾ ਹੈ। ਪਦਾਰਥ ਜਿਹੜੀ ਮਾਇਆ ਹੈ, ਪਦਾਰਥਨ ਮਾਇਆ, ਇਹ ਜਿਉਂਦਿਆਂ ਜੀ ਸਾਡੇ ਵਰਤਣ ਯੋਗ ਹਨ ਜਦੋਂ ਤੱਕ ਸਰੀਰ ਵਿੱਚ ਹੈ। ਜਦੋਂ ਅਸੀਂ ਸਰੀਰ ਨੂੰ ਛੱਡ ਦਿੱਤਾ, ਸਰੀਰ ਛੱਡਿਆ ਗਿਆ, ਉਸ ਵੇਲੇ ਜਿਹੜੀ ਜੀਵ ਆਤਮਾ ਹੈ, ਉਹ ਪਦਾਰਥਾਂ ਤੋਂ ਨਹੀਂ ਲੈ ਕੇ ਜਾਂਦੀ, ਨਾ ਮਾਇਆ ਲੈ ਕੇ ਜਾਵੇ। ਇਸ ਲਈ ਉਸ ਆਤਮਾ ਦੇ ਨਾਲ ਕੇਵਲ ਪਰਮਾਤਮਾ ਦਾ ਜਿਹੜਾ ਨਾਮ ਜਪਿਆ ਹੁੰਦਾ ਨਾ, ਬੰਦਗੀ ਕੀਤੀ, ਭਗਤੀ ਕੀਤੀ, ਸ਼ੁਭ ਕੰਮ, ਭਲੇ ਕੰਮ ਕੀਤੇ, ਉਹ ਜਿਹੜੇ ਨਾਲ ਫਿਰ ਜੀਵ ਦੇ ਅੱਗੇ ਜਾਂਦੇ ਹਨ। ਨਾਮ ਵੇਖੋ, ਜਿਉਂਦਿਆਂ ਜੀ ਵੀ ਸਹਾਈ ਮਦਦ ਕਰਦਾ ਮਨੁੱਖ ਦੀ, ਅਤੇ ਮਰਨ ਤੋਂ ਬਾਅਦ ਵੀ। ਬਾਕੀ ਜਿੰਨੇ ਪਦਾਰਥ ਹਨ, ਮਾਇਆ ਹੈ, ਰਿਸ਼ਤੇਦਾਰ, ਇਹ ਜਿਉਂਦਿਆਂ ਜੀ ਹਨ। ਸਵਾਸ ਨਿਕਲੇ ਅਤੇ ਉਸ ਵੇਲੇ ਸਭ ਨੇ ਕਿਹਾ ਤਾ ਵੀ ਕਾਢੋ ਕਾਢੋ, ਹੋਈ ਵਾਲੀ ਗੱਲ ਬਣ ਗਈ ਵੀ ਲੈ ਚੱਲੋ। ਉਸ ਵੇਲੇ ਫਿਰ ਸਰੀਰ ਪੰਜਾਂ ਤੱਤਾਂ ਤੋਂ ਮਿਲਿਆ, ਮਾਤਾ ਪਿਤਾ ਦੇ ਇੱਥੋਂ ਮਿਲਿਆ, ਅਤੇ ਇੱਥੇ ਹੀ ਇਹਨੂੰ ਅੱਗ ਵਿੱਚ, ਲੱਕੜਾਂ ਵਿੱਚ ਰੱਖ ਕੇ ਸਾੜ ਦੇਣਾ ਹੈ। ਪਰ ਜਿਹੜੀ ਜੀਵ ਆਤਮਾ ਹੈ, ਉਸ ਨਾਲ ਕੇਵਲ ਪਰਮਾਤਮਾ ਦਾ ਨਾਮ ਜਾਂਦਾ ਹੈ। ਅੰਤ ਚਲੋ ਗੁਹਾਰੀ। ਪਾਤਸ਼ਾਹ ਜੀ ਕਹਿਣ ਲੱਗੇ, ਭਾਵੇਂ ਨੌ ਖੰਡਾਂ ਦਾ ਰਾਜ ਕਮਾਵੇ, ਪਰ ਅੰਤ ਵੇਲੇ ਖਾਲੀ ਹੀ ਜਾਂਦਾ ਇੱਥੇ। ਕਿਉਂਕਿ ਜੇ ਨਾਮ ਨਹੀਂ, ਫਿਰ ਖਾਲੀ, ਫਿਰ ਜਨਮ ਵਿਅਰਥ। ਅੰਤ ਚਲੋ ਗੁਹਾਰੀ। ਅੰਤ ਵੇਲੇ ਇਹ ਜੀਵਨ ਦੀ ਬਾਜੀ ਹਾਰ ਕੇ ਜਾਂਦਾ ਹੈ। ਗੁਣ ਨਿਧਾਨ ਗੁਣ ਤੇ ਨਹੀਂ ਗਾਏ, ਜਾ ਕੋ ਕਿਰਪਾ ਧਾਰੀ। ਗੁਣ ਨਿਧਾਨ, ਨਿਧਾਨ ਕੀਏ ਖਜ਼ਾਨਾ, ਗੁਣਾਂ ਦਾ ਨਿਧਾਨ ਖਜ਼ਾਨਾ ਪਰਮਾਤਮਾ ਦਾ ਨਾਮ ਜਿਹੜਾ ਹੈ। ਗੁਣ ਤਿੰਨ ਹੀ ਗਾਏ, ਉਹਨਾਂ ਮਨੁੱਖਾਂ ਨੇ ਗਾਏ, ਕਿਹਨਾਂ ਨੇ ਗਾਏ ਹਨ? ਜਾ ਕੋ ਕਿਰਪਾ ਧਾਰੀ, ਜਿਨ੍ਹਾਂ 'ਤੇ ਹਰੀ ਪਰਮਾਤਮਾ ਗੁਰੂ ਕਿਰਪਾ ਕਰਦਾ ਹੈ ਜੀਵਾਂ 'ਤੇ, ਉਹਨਾਂ ਨੇ ਸੰਸਾਰ ਵਿੱਚ ਆ ਕੇ ਗੁਣਾਂ ਦੇ ਖਜ਼ਾਨੇ ਪ੍ਰਭੂ ਦੇ ਨਾਮ ਨੂੰ ਸਿਮਰਿਆ ਅਤੇ ਜਪਿਆ, ਜਪ ਜਪ ਕੇ, ਸਿਮਰਨ ਸਿਮਰਨ ਕੇ, ਬਾਣੀ ਪੜ੍ਹ ਕੇ ਉਹਨਾਂ ਨੇ ਆਪਣਾ ਜਨਮ ਸਫਲਾ ਬਣਾ ਲਿਆ। ਆਏ ਤਾਂ ਸਾਰੇ ਸੰਸ, ਬਹੁਤ ਲੋਕ ਆਏ ਸੰਸਾਰ ਵਿੱਚ, ਸੰਸਾਰਾ ਹੀ ਸੰਸਾਰ ਜੀ ਪਰਮਾਤਮਾ ਨੇ ਭੇਜੇ ਹਨ। ਪਰ ਸੰਸਾਰ ਵਿੱਚ ਆ ਕੇ ਜੀਵ ਜਿਹੜੇ ਹਨ, ਸਾਰਾ
ਜਨਮ ਸਾਰੇ ਜੀਵ ਆਪਣਾ ਜਨਮ ਸਫਲਾ ਨਹੀਂ ਕਰਕੇ ਜਾਂਦੇ। ਸਫਲਾ ਉਹਨਾਂ ਦਾ ਹੀ ਹੁੰਦਾ ਹੈ ਜੋ ਪ੍ਰਭੂ ਦੀ ਭਗਤੀ ਕਰਦਾ ਹੈ, ਗੁਰੂ ਦੇ ਦੱਸੇ ਮਾਰਗ 'ਤੇ ਚੱਲਦਾ ਹੈ। ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਹਨ, ਮਹਾਰਾਜ ਜੀ ਕਹਿੰਦੇ ਹਨ, ਸਿੱਖ ਦੀ ਪਰਿਭਾਸ਼ਾ ਦੱਸਦੇ ਹਨ, ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠਰ ਨਾਮ ਧਿਆਇ, ਉੱਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਰ। ਵੀ ਉੱਦਮ ਕਰੇ ਭਲ ਕੇ ਉੱਠੇ, ਇਸ਼ਨਾਨ ਕਰੇ, ਪਹਿਲਾਂ ਸਰੀਰ ਦੀ ਸੋਚੋ, ਫਿਰ ਅੰਮ੍ਰਿਤ ਸਰਨ ਆਵੇ, ਫਿਰ ਰਾਮ ਮਹਾਰਾਜ ਜੀ ਦੇ ਨਾਮ ਦਾ ਸਰੋਵਰ ਇਹਦੇ ਵਿੱਚ ਨਾਵੇ, ਭਾਵ ਨਾਮ ਜੀ। ਇਹ ਸਿੱਖ ਦੀ ਪਰਿਭਾਸ਼ਾ ਦੱਸਦੇ ਨੇ। ਸਿੱਖ ਦਾ ਇਹ ਕੰਮ ਨਹੀਂ ਵੀ 8-8-9 ਵਜੇ ਤੱਕ ਸੁੱਤਾ ਰਹਿਣਾ, ਕਿਉਂਕਿ ਜੋ ਮਹਾਰਾਜ ਜੀ ਨੇ ਸਾਨੂੰ ਵਿਦੇਸ਼ ਬਖਸ਼ਿਸ਼ ਕੀਤਾ ਧੰਨ ਗੁਰੂ ਨਾਨਕ ਪਾਤਸ਼ਾਹ ਤੋਂ ਲਾ ਕੇ 10ਵੇਂ ਪਿਤਾ ਤੱਕ, ਵੀ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਹੈ ਗੁਰਸਿੱਖ ਨੇ ਪਾਈ। ਉਸ ਤੋਂ ਉਪਰੰਤ ਭਾਈ ਦਿਨੇ ਫਿਰ ਨਾਮ ਜਪਦਾ ਰਹਿਣਾ, ਬਾਣੀ ਪੜ੍ਹਦਾ ਰਹਿਣਾ, ਸ਼ਬਦ ਦਾ ਅਭਿਆਸ ਕਰਦਾ ਰਹਿਣਾ, ਸ਼ੁਭ ਕੰਮ ਵਿੱਚ ਆਪਣੀ ਸੁਰਤੀ ਨੂੰ ਜੋੜ ਕੇ ਰੱਖਣਾ, ਵਿਕਾਰਾਂ ਨੂੰ ਤਿਆਗ ਕਰਦੇ। ਗੁਣ ਨਿਧਾਨ ਗੁਣ ਤਿੰਨ ਹੀ ਗਾਏ, ਜਾ ਕੋ ਕਿਰਪਾ ਤਾਰੀ, ਜਿਨ੍ਹਾਂ 'ਤੇ ਪ੍ਰਭੂ ਮਾਲਕ ਨੇ ਆਪਣੀ ਕਿਰਪਾ ਕੀਤੀ ਉਹਨਾਂ ਮਨੁੱਖਾਂ ਨੇ ਪ੍ਰਭੂ ਦੇ ਗੁਣਾਂ ਨੂੰ ਗਾਇਆ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਸੋ ਸੁਖੀਆ ਧਨ ਉਸ ਜਨਮਾ, ਪਾਤਸ਼ਾਹ ਜੀ ਕਹਿੰਦੇ ਨੇ ਉਹ ਸੁਖੀ ਹੈ। ਧਨ ਉਸ ਜਨਮਾ, ਧਨ ਉਹਦਾ ਜਨਮ ਹੈ, ਇਹਦਾ ਮਤਲਬ ਉਹਦਾ ਜਨਮ ਪ੍ਰਵਾਨ ਹੋ ਗਿਆ। ਧਨ ਉਸ ਜਨਮਾ, ਉਹਨੇ ਆਪਣਾ ਜਨਮ ਲੈ ਕੇ ਸੰਸਾਰ, ਉਹਦਾ ਪ੍ਰਵਾਨ ਹੋ ਗਿਆ। ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਪਾਤਸ਼ਾਹ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਮਨੁੱਖਾਂ ਨੇ ਨਾਮ ਜਪਿਆ ਉਹ ਸੁਖੀ ਨਾਲ ਵਸੇ ਇੱਥੇ ਸੰਸਾਰ ਵਿੱਚ ਵੀ, ਅਤੇ ਅੱਗੇ ਉਹਨਾਂ ਨੇ ਆਪਣਾ ਲੋਕ ਅਤੇ ਪਰਲੋਕ ਦੋਵੇਂ ਸੁਹੇਲੇ ਕਰ ਲਏ। ਲੋਕ ਸੁਖੀ ਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਵਿਆਪੇ ਮੇਲੇ। ਉਹਨਾਂ ਦੇ ਭਾਈ ਲੋਕ ਅਤੇ ਪਰਲੋਕ ਦੋਵੇਂ ਸੁਖੀ ਹੋ ਗਏ। ਇਹ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਸਾਨੂੰ ਸਾਰਿਆਂ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਾਉਂਦੇ ਹਨ, ਭਾਈ ਪਰਮੇਸ਼ੁਰ ਦਾ ਨਾਮ ਜਪੋ, ਪਰਮੇਸ਼ੁਰ ਦੀ ਬੰਦਗੀ ਕਰੋ। ਅਸੀਂ ਸੰਸਾਰ ਵਿੱਚ ਆਈ ਇਸੇ ਕਰਕੇ ਹਾਂ ਕਿ ਸਾਡਾ ਜਨਮ ਮਰਨ ਕੱਟਿਆ ਜਾਵੇ, ਕਿਉਂਕਿ 84 ਲੱਖ ਭਰਮਤਿਆਂ ਦੁਰਲੱਭ ਜਨਮ ਅਭ ਪਾਇਆ, ਹੁਣ ਮਨੁੱਖਾਂ ਦੇ ਮਿਲੀ ਹੈ। ਇਸ ਕਰਕੇ ਇਹੀ ਸਾਡਾ ਜਿਹੜਾ ਮਨੁੱਖਾ ਜਾਮਾ ਮਿਲਿਆ ਪਰਮਾਤਮਾ ਦਿੱਤਾ ਹੈ, ਇਸੇ ਜਨਮ ਵਿੱਚ ਅਸੀਂ ਇਹਨੂੰ ਸਫਲਾ ਕਰ ਸਕਦੇ ਹਾਂ। ਗੁਰੂ ਕਿਰਪਾ ਕਰੇ, ਇੰਨੇ ਸਮੇਂ ਅੰਦਰ ਸਤਿਗੁਰਾਂ ਦੇ ਪਵਿੱਤਰ ਪਾਵਨ ਸ਼ਬਦ ਦੀ ਵਿਚਾਰ ਕਰਦੇ ਹਾਂ, ਇੱਕ ਨਹੀਂ ਬੇਅੰਤਰਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਮਹਾਰਾਜ ਜੀ ਕਿਰਪਾ ਕਰਨ, ਜਿਵੇਂ ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਬੁਲਾਇਆ ਹੈ, ਉਸੇ ਤਰ੍ਹਾਂ ਹੀ ਮਹਾਰਾਜ ਜੀ ਦੀ ਵਿਚਾਰਧਾਰਾ ਸ਼ਬਦ ਦੀ ਆਪ ਹੀ ਕਰਵਾਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਨ, ਅੱਗੇ ਤੋਂ ਸਮਤ ਬਖਸ਼ਣ ਜੀ।
ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।